ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਹੈ 12 ਫਰਵਰੀ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 12 ਫਰਵਰੀ 2023 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਭਾਰਤ ਵਿੱਚ ਪਹਿਲੀ ਵਾਰ ਲੀਥੀਅਮ ਦੇ ਭੰਡਾਰ ਕਿੱਥੇ ਮਿਲੇ ਹਨ ਵੇਰੀ ਇੰਪੋਰਟੈਂਟ ਹਾਂਜੀ ਲੀਥੀਅਮ ਤੁਸੀਂ ਸੁਣਿਆ ਹੋਣਾ ਲੀਥੀਅਮ ਜਾਨੀ ਕਿ ਜਿਹੜੇ ਆਪਣੇ ਇਲੈਕਟ੍ਰੀਕਲ ਵਹੀਕਲ ਹੁੰਦੇ ਆ ਉਹਨਾਂ ਦੀਆਂ ਬੈਟਰੀਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਤੇ ਭਾਰਤ ਦੇ ਵਿੱਚ ਪਹਿਲੀ ਵਾਰ ਲੀਥੀਅਮ ਦੇ ਭੰਡਾਰ ਮਿਲੇ ਆ ਜੰਮੂ ਕਸ਼ਮੀਰ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜੰਮੂ ਕਸ਼ਮੀਰ ਹੁਣੇ ਭੰਡਾਰ ਜੰਮੂ ਕਸ਼ਮੀਰ ਦੇ ਵਿੱਚ ਮਿਲੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਕੈਪੀਟਲ ਕੀ ਆ ਸ਼੍ਰੀਨਗਰ ਇੱਥੋਂ ਦੇ ਲਿਊਟੇਨੈਂਟ ਗਵਰਨਰ ਆ ਮਨੋਜ सिन्हा ਤੇ ਜੰਮੂ ਕਸ਼ਮੀਰ ਦੇ ਵਿੱਚ ਡੱਚ ਗ੍ਰਾਮ ਨੈਸ਼ਨਲ ਪਾਰਕ ਆ ਕਿਸਤਵਾਰ ਨੈਸ਼ਨਲ ਪਾਰਕ ਆ ਡਾਕਟਰ ਸਲੀਮ ਅਲੀ ਨੈਸ਼ਨਲ ਪਾਰਕ ਆ ਪਰ ਜੇਕਰ ਤੁਹਾਨੂੰ ਡਾਕਟਰ ਸਲੀਮ ਅਲੀ ਵਾਈਲਡਲਾਈਫ ਸੈਂਚੁਰੀ ਪੁੱਛ ਲਿਆ ਜਾਵੇ ਤਾਂ ਉਹ ਗੋਆ ਦੇ ਵਿੱਚ ਆ ਜੰਮੂ ਕਸ਼ਮੀਰ ਦੇ ਵਿੱਚ ਡਲ ਸੀਲਾ ਬੁਲਰ ਚੀਲਾ ਗਾਇਮਰ ਝੀਲਾ ਮਨਸਬਲ ਝੀਲਾ ਗੰਗਾਬਲ ਝੀਲਾ ਕੋਸਰਬਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਚੀਲਾ ਵੈਰੀਨਾਗ ਝੀਲਾ ਜੰਮੂ ਕਸ਼ਮੀਰ ਦੇ ਵਿੱਚ ਵੱਖ-ਵੱਖ ਪਹਾਸ਼ਾ ਮ ਸਖੌਣ ਦੇ ਲਈ ਡਿਜੀਟਲ ਔਨ ਆਨਲਾਈਨ ਲਾਇਬ੍ਰੇਰੀ ਈ ਕਿਤਾਬ ਕੋਸ਼ ਸ਼ੁਰੂ ਕੀਤਾ ਗਿਆ ਕੇਸਰ ਦੇ ਉਤਪਾਦਨ ਦੇ ਵਿੱਚ ਜੰਮੂ ਕਸ਼ਮੀਰ ਮੋਹਰੀ ਰਾਜ ਬਣਿਆ ਭਾਰਤ ਦਾ ਜੰਮੂ ਕਸ਼ਮੀਰ ਦੀ ਹਰ گاؤں ਹਰਿਆਲੀ ਪਹਿਲ ਨੇ 90 ਲੱਖ ਬੂਟੇ ਲਗਾਉਣ ਦਾ ਰਿਕਾਰਡ ਬਣਾਇਆ ਜੰਮੂ ਕਸ਼ਮੀਰ ਦੇ ਵਿੱਚ ਚਿਲੀ ਕਲਾਮ ਸ਼ੁਰੂ ਹੋਇਆ ਜੰਮੂ ਅਤੇ ਕਸ਼ਮੀਰ ਨੇ ਪਹਿਲੀ ਵਾਰ ਕਬਾਈਲੀ ਵਿంటర్ ਫੈਸਟੀਵਲ ਦੀ ਮੇਜ਼ਬਾਨੀ ਕੀਤੀ ਤਾਸ਼ੀ ਰਾਜਸਥਾਨ ਨੂੰ ਜੰਮੂ ਕਸ਼ਮੀਰ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ ਅਗਲਾ ਪ੍ਰਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਤੁਰਕੀ ਅਤੇ ਸੀਰੀਆ ਦੀ ਮਦਦ ਦੇ ਲਈ ਆਪਰੇਸ਼ਨ ਦੋਸਤ ਸ਼ੁਰੂ ਕੀਤਾ ਹਾਂਜੀ ਰੀਸੈਂਟਲੀ ਸਾਡੇ ਦੇਸ਼ ਭਾਰਤ ਨੇ ਤੁਰਕੀ ਅਤੇ ਸੀਰੀਆ ਦੀ ਮਦਦ ਦੇ ਲਈ ਆਪਰੇਸ਼ਨ ਦੋਸਤ ਸ਼ੁਰੂ ਕੀਤਾ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਭਾਰਤ ਤੁਹਾਨੂੰ ਪਤਾ ਹੈ ਕਿ ਤੁਰਕੀ ਅਤੇ ਸੀਰੀਆ ਦੇ ਵਿੱਚ ਪੁਚਾਲ ਆਇਆ ਹੋਇਆ ਅਤੇ ਇਸ ਦੇ ਵਿੱਚ 21000 ਲੋਕਾਂ ਦੀ ਡੈਥ ਵੀ ਹੋ ਗਈ ਆ ਤੇ ਤੁਰਕੀ ਅਤੇ ਸੀਰੀਆ ਦੀ ਮਦਦ ਕਰਨ ਦੇ ਲਈ ਸਾਡੇ ਦੇਸ਼ ਭਾਰਤ ਨੇ ਆਪਰੇਸ਼ਨ ਦੋਸਤ ਸ਼ੁਰੂ ਕੀਤਾ ਠੀਕ ਹੈ ਜੀ ਹੁਣ ਅਸੀਂ ਭਾਰਤ ਦੀ ਗੱਲ ਕੀਤੀ ਆ ਤਾਂ ਰੀਸੈਂਟਲੀ ਮੈਂ ਤੁਹਾਨੂੰ ਕਰਵਾਇਆ ਸੀ ਦੁੱਧ ਦੇ ਉਤਪਾਦਨ ਦੇ ਵਿੱਚ ਭਾਰਤ ਦੁਨੀਆ ਦਾ ਨੰਬਰ 1 ਦੇਸ਼ ਬਣ ਗਿਆ ਦਾਲਾਂ ਦੇ ਉਤਪਾਦਨ ਦੇ ਵਿੱਚ ਵੀ ਭਾਰਤ ਦੁਨੀਆ ਦਾ ਨੰਬਰ 1 ਦੇਸ਼ ਆ ਠੀਕ ਹੈ ਤੇ ਆਰਥਿਕ ਪੱਖੋਂ ਜੇ ਦੇਖੀਏ ਤਾਂ 5ਵੇਂ ਨੰਬਰ ਤੇ ਆ ਖੇਤਰਫਲ ਦੇ ਪੱਖੋਂ 7ਵੇਂ ਨੰਬਰ ਤੇ ਆ ਰਾਸ਼ਟਰਪਤੀ ਭਵਨ ਦੇ ਮোগਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਡੀਆਨ ਕਰ ਦਿੱਤਾ ਗਿਆ ਭਾਰਤ ਨੇ ਅੰਡਰ 19 ਮਹਿਲਾ T20 ਵਿਸ਼ਵ ਕੱਪ ਜਿੱਤੇ ਆ ਭਾਰਤ ਅਤੇ ਸ਼੍ਰੀਲੰਕਾ ਦੇ ਕਰਜ਼ ਪੁਨਰਗਠਨ ਪ੍ਰੋਗਰਾਮ ਦਾ ਸਮਰਥਨ ਕਰਨ ਵਾਲਾ ਪਹਿਲਾ ਦੇਸ਼ ਸਾਡਾ ਦੇਸ਼ ਭਾਰਤ ਬਣਿਆ ਅਗਲਾ ਪ੍ਰਸ਼ਨ ਕਿਸ ਭਾਰਤੀ ਗੋਲਫਰ ਨੇ ਹਾਲ ਹੀ ਵਿੱਚ ਕੀਨੀਆ ਲੇਡੀਜ਼ ਓਪਨ ਦਾ ਖਿਤਾਬ ਜਿੱਤੇ ਆ ਹੈ हां जी रिसेंटली अदिति अशोक एक इंडियन 골ਫਰ ਆ ਤੇ ਇਹਨਾਂ ਨੇ ਕੇਨੀਆ ਲੇਡੀਜ਼ ਓਪਨ ਦਾ ਕਿਤਾਬ ਜਿੱਤੇ ਆ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ अदिति अशोक ਅਗਲਾ ਪ੍ਰਸ਼ਨ ਆ ਜੀ ਕਿਸ ਦੇਸ਼ ਨੇ ਹਾਲ ਹੀ ਵਿੱਚ ਜਾਸੂਸੀ ਦੀਆਂ ਚੇਤਾਵਨੀ ਕਾਰਨ ਆਪਣੇ ਦਫ਼ਤਰ ਤੋਂ ਚੀਨੀ ਕੈਮਰੇ ਹਟਾਉਣ ਦਾ ਐਲਾਨ ਕੀਤਾ ਹੈ ਹਾਂਜੀ جاسੂਸੀ ਦੀਆਂ ਚੇਤਾਵਨੀ ਕਾਰਨ ਆਪਣੇ ਦਫ਼ਤਰਾਂ ਤੋਂ ਚੀਨੀ ਕੈਮਰੇ ਹਟਾਏ ਨੇ ਆਸਟ੍ਰੇਲੀਆ ਨੇ ਹਜ਼ਰ एलान ਕੀਤਾ ਹੈ অপਸ਼ਨ A ਇਸ ਦਾ ਰਾਈਟ ਆਨਸਰ ਹੈ ਆਸਟ੍ਰੇਲੀਆ ਆਪਣੇ ਸਾਰੇ ਦਫ਼ਤਰਾਂ ਦੇ ਵਿੱਚ ਜੋ ਚੀਨੀ ਕੈਮਰੇ ਲੱਗੇ ਹੋਏ ਆਸਟ੍ਰੇਲੀਆ ਦੇ ਉਹਨਾਂ ਨੂੰ ਹਟਾਉਣ ਦਾ ਐਲਾਨ ਕੀਤਾ ਆਸਟ੍ਰੇਲੀਆ ਨੇ ਹੁਣ ਅਸੀਂ ਆਸਟ੍ਰੇਲੀਆ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਸਟ੍ਰੇਲੀਆ ਆਸਟ੍ਰੇਲੀਆ ਦੀ ਕੈਪੀਟਲ ਕੀ ਹੈ ਕੈਨਵਰਾ ਇੱਥੋਂ ਦੀ ਕਰੰਸੀ ਆਸਟ੍ਰੇਲੀਅਨ ਡਾਲਰ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਹਨ ਐਂਥਨੀ ਅਲਬਨੇਜ਼ ਆਸਟ੍ਰੇਲੀਆ ਦੇ ਵਿੱਚ ਕਾਕਾਡੂ ਨੈਸ਼ਨਲ ਪਾਰਕ ਆਸਟ੍ਰੇਲੀਆ ਨੇ ਆਪਣੀ ਮੁਦਰਾ ਤੋਂ ਬ੍ਰਿਟਿਸ਼ ਰਾਜਸਾਹੀ ਦੀਆਂ ਤਸਵੀਰਾਂ ਹਟਾਉਣ ਦਾ ਐਲਾਨ ਕੀਤਾ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਵੈਲਿੰਡਾ ਕਲਾਰਕ ਨੇ ਆਪਣੀ ਮੂਰਤੀ ਦਾ ਉਦਘਾਟਨ ਕੀਤਾ ਵੀਨਾ ਨਾਇਰ ਨੂੰ ਆਸਟ੍ਰੇਲੀਆ ਵਿੱਚ ਪ੍ਰਧਾਨ ਮੰਤਰੀ ਪੁਰਸਕਾਰ ਮਿਲਿਆ ਆਸਟ੍ਰੇਲੀਆ ਦੇ ਬਿਗ ਬੈਂਸ ਲੀਗ ਦੇ ਵਿੱਚ ਖੇਡਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਆ ਉਨਮੁਖਤ ਚੰਦ ਆਸਟ੍ਰੇਲੀਆ ਦੀ ਜਸਟਿਸ ਹਿਲੈਰੀ ਚਾਰਲਸ ਵਰਥ ਇੰਟਰਨੈਸ਼ਨਲ ਕੋਰਟ ਆਫ ਦੀ ਜਸਟਿਸ ਚੁਣੀ ਗਈ ਮਹਾਰਾਣੀ ਐਲਿਜ਼ਾਬੈਥ ਦੇ ਨਾਮ ਉੱਪਰ ਦੀਪਾਂ ਦਾ ਨਾਮ ਬਦਲਣ ਦੀ ਕੋਸ਼ਿਸ਼ਾ ਵੀ ਆਸਟ੍ਰੇਲੀਆ ਨੇ ਕੀਤੀ ਅਗਲਾ ਪੰਨਾ ਕਿਸ ਦੇਸ਼ ਨੇ ਹਾਲ ਹੀ ਵਿੱਚ ਬਿਮਾਰੀਆਂ ਦਾ ਪਤਾ ਲਗਾਉਣ ਲਈ ਅਤੇ ਸੁਰੱਖਿਆ ਜਾਂਚਾਂ ਦੇ ਵਿੱਚ ਸੁਧਾਰ ਕਰਨ ਲਈ ਸੁੰਗਣ ਵਾਲਾ ਰੋਬੋਟ ਲਾਂਚ ਕੀਤਾ ਹੈ ਹਾਂਜੀ ਬਿਮਾਰੀਆਂ ਦਾ ਪਤਾ ਲਗਾਉਣ ਅਤੇ ਸੁਰੱਖਿਆ ਜਾਂਚਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਸੁੰਗਣ ਵਾਲਾ ਰੋਬੋਟ ਜਿਹੜਾ ਉਹ ਲਾਂਚ ਕੀਤਾ ਹੈ ਇਜ਼ਰਾਈਲ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਇਜ਼ਰਾਈਲ ਤਾਂ ਦੇਖ ਸਕਦੇ ਹੁਣ ਤੁਸੀਂ ਮੈਪ ਦੇ ਵਿੱਚ ਇਜ਼ਰਾਈਲ ਇਜ਼ਰਾਈਲ ਦੀ ਕੈਪੀਟਲ ਹੈ ਯਰੂਸ਼ਲਮ ਇਤੋਂ ਦੀ ਕਰੰਸੀ ਆ ਇਜ਼ਰਾਈਲੀ ਨਿਊ ਸੈਕਲ ਇਤੋਂ ਦੇ ਪ੍ਰਾਈਮ ਮਿਨਿਸਟਰ ਆ ਬੈਂਜਾਮਿਨ ਨੇਤਨਜਾਹੂ ਤੇ ਇਜ਼ਰਾਈਲ ਦੀ ਸੰਸਦ ਦਾ ਨਾਮ ਬਹੁਤ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਇਜ਼ਰਾਈਲ ਦੀ ਸੰਸਦ ਦਾ ਨਾਮ ਆ ਨੈਸਟ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ ਇਜ਼ਰਾਈਲ ਦੀ ਗੱਲ ਕੀਤੀ ਆ ਤਾਂ ਅਡਾਨੀ ਗਰੁੱਪ ਨੇ ਇਜ਼ਰਾਈਲ ਵਿੱਚ ਹਾਈਫਾ ਬੰਦਰਗਾ ਲਾਂਚ ਵਿਕਸਿਤ ਕੀਤੀ ਆ ਯੂਏਈ ਅਤੇ ਇਜ਼ਰਾਈਲ ਨੇ ਪਹਿਲੇ ਅਰਬ ਮੁਕਤ ਵਪਾਰ ਸਮਝੌਤੇ ਤੇ ਦਸਖਤ ਕੀਤੇ ਇਜ਼ਰਾਈਲ ਨੇ ਨਵੀਂ ਜਲ ਸੈਨਾ ਹਵਾਈ ਰੱਖਿਆ ਪ੍ਰਣਾਲੀ ਸੀ ਡੌਮ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਤੇ ਇਜ਼ਰਾਈਲ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਹਾਈਜੈਕ ਹਰੀਓਕ ਸੌਰੀ ਆਇਜ਼ੈਕ ਹਰੀਓਕ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਮਲਿਆਲਮ ਸਿਨੇਮਾ ਦੀ ਕਿਸ ਅਦਾਕਾਰ ਦੀ 120ਵੀਂ ਜਨਮ ਦਿਤੀ ਤੇ ਗੂਗਲ ਨੇ ਡੂਡਲ ਰਾਹੀਂ ਸ਼ਰਧਾਂਜਲੀ ਦਿੱਤੀ ਆ ਹਾਂਜੀ ਮਲਿਆਲਮ ਸਿਨੇਮਾ ਦੀ ਅਦਾਕਾਰ ਸੀ ਪੀ ਕੇ ਰੋਜੀ ਇਨਾਂ ਦੀ 120ਵੀਂ ਜਨਮ ਦਿਤੀ ਤੇ Google ਨੇ Doodle ਰਾਹੀਂ ਸ਼ਰਧਾਂਜਲੀ ਦਿੱਤੀ। ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਪੀ ਕੇ ਰੋਜੀ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਪੀ ਕੇ ਰੋਜੀ। ਅਗਲਾ ਪ੍ਰਸ਼ਨ ਆ ਜੀ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਨਿਵੇਸ਼ਕ ਸੰਮੇਲਨ ਨੂੰ ਕਿੱਥੇ ਸੰਬੋਧਨ ਕੀਤਾ ਹੈ? ਹਾਂ ਜੀ ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਨਿਵੇਸ਼ਕ ਸੰਮੇਲਨ ਨੂੰ ਲਖਨਊ ਉੱਤਰ ਪ੍ਰਦੇਸ਼ ਦੇ ਲਖਨਊ ਦੇ ਵਿੱਚ ਸੰਬੋਧਨ ਕੀਤਾ অপਸ਼ਨ A ਇਜ਼ ਦਾ ਰਾਈਟ ਆਨਸਰ ਲਖਨਊ ਲਖਨਊ ਉੱਤਰ ਪ੍ਰਦੇਸ਼ ਦੀ ਕੈਪੀਟਲ ਹੈ ਤੇ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ ਗੋਮਤੀ ਨਦੀ ਦੇ ਕਿਨਾਰੇ ਸਥਿਤ ਹੈ ਅਗਲਾ ਪ੍ਰਸ਼ਨ ਖੇਲੋ ਇੰਡੀਆ ਵਿੰਟਰ ਗੇਮਸ ਦਾ ਤੀਜਾ ਐਡੀਸ਼ਨ ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਹੈ ਹਾਂਜੀ ਖੇਲੋ ਇੰਡੀਆ ਵਿੰਟਰ ਗੇਮਸ ਦਾ ਤੀਜਾ ਐਡੀਸ਼ਨ ਆ ਜਿਹੜਾ ਇਹ ਸ਼ੁਰੂ ਹੋਇਆ ਹੈ ਜੰਮੂ ਕਸ਼ਮੀਰ ਦੇ ਬਾਰਾਮੂਲਾ ਦੇ ਗੁਲਮਰਗ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਜੰਮੂ ਕਸ਼ਮੀਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਿਸ ਨੂੰ ਭਾਰਤੀ ਕਾਰੋਬਾਰ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਹੈ ਹਾਂਜੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਤੇ ਇਸ ਨੇ ਭਾਰਤੀ ਕਾਰੋਬਾਰ ਦੀ ਅਗਵਾਈ ਕਰਨ ਦੇ ਲਈ ਨਿਯੁਕਤ ਕੀਤਾ ਮਿਨਾਕਸ਼ੀ ਮਿਨਾਕਸ਼ੀ ਨੇਵਤੀਆ ਨੂੰ ਆਪਸ਼ਨ ਬੀ ਇਜ਼ ਅ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਮਿਨਾਕਸ਼ੀ ਨੇਵਤੀਆ ਹੁਣ ਅਸੀਂ ਇੱਕ ਅਪਾਇੰਟਮੈਂਟ ਦੀ ਗੱਲ ਕੀਤੀ ਹੈ ਤਾਂ ਟੋਇਟਾ ਨੇ ਕੋਜੀ ਸਤੋ ਨੂੰ ਆਪਣਾ ਨਵਾਂ ਸੀਈਓ ਚੁਣਿਆ ਵਿਕਟੋਰੀਆ ਗੌਰੀ ਨੇ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਸੌਂ ਚੁੱਕੀ ਕੇਨਰਾ ਬੈਂਕ ਦੇ ਐਮਡੀ ਅਤੇ ਸੀਈਓ ਬਣਿਆ ਸਤਿਆ ਨਰਾਇਣ ਰਾਜੂ ਨੇਪਾਲ ਕ੍ਰਿਕਟ ਐਸੋਸੀਏਸ਼ਨ ਨੇ ਮੌਂਟੀ ਦੇਸਾਈ ਨੂੰ ਮੁੱਖ ਕੋਚ ਨਿਯੁਕਤ ਕੀਤਾ ਅਗਲਾ ਪ੍ਰਸ਼ਨ ਕਿਸ ਬੈਂਕ ਨੇ ਹਾਲ ਹੀ ਵਿੱਚ ਸਿੱਕਾ ਮੋੜਨ ਵਾਲੀਆਂ ਮਸ਼ੀਨਾਂ ਨੂੰ ਲਾਂਚ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹਾਂਜੀ ਰੀਸੈਂਟਲੀ ਆਰਬੀਆਈ ਨੇ ਸਿੱਕਾ ਮੋੜਨ ਵਾਲੀਆਂ ਮਸ਼ੀਨਾਂ ਨੂੰ ਲਾਂਚ ਕਰਨ ਦੇ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਆਰਬੀਆਈ ਦੇਸ਼ ਭਰ ਦੇ 12 ਸ਼ਹਿਰਾਂ ਦੇ ਵਿੱਚ RBI ਨੇ ਸਿੱਕਾ ਮੋੜਨ ਵਾਲੀਆਂ ਮਸ਼ੀਨਾਂ ਨੂੰ ਲਾਂਚ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਠੀਕ ਹੈ ਹੁਣ RBI ਨੇ ਕੀਤਾ ਤਾਂ RBI ਦੀ ਸਥਾਪਨਾ ਕਦੋਂ ਹੋਈ ਸੀ 1 ਅਪ੍ਰੈਲ 1935 ਨੂੰ ਇਸ ਦਾ ਹੈੱਡਕ quartਰ ਮੁੰਬਈ ਦੇ ਵਿੱਚ ਤੇ ਪ੍ਰੈਜ਼ੈਂਟ ਇਸ ਦੇ ਗਵਰਨਰ ਕੌਣ ਨੇ ਸ਼ਕਤੀਕਾਂਤ ਦਾਸ ਅੱਛਾ ਇਸ ਏ ਜ਼ਰੂਰ ਪੁੱਛ ਲਿਆ ਜਾਂਦਾ ਕਿ ਆਰਬੀਆਈ ਦੇ ਐਟ ਪ੍ਰੈਸੈਂਟ ਗਵਰਨਰ ਕੌਣ ਨੇ ਸ਼ਕਤੀਕਾਂਤ ਦਾਸ 9ਵੇਂ ਕਿੰਵੇਂ ਨੰਬਰ ਦੇ ਆ 25ਵੇਂ ਨੰਬਰ ਦੇ ਆ ਅਗਲਾ ਪ੍ਰਸ਼ਨ ਹਾਂ ਜੀ ਹਾਲ ਹੀ ਵਿੱਚ ਨਾਸਾ ਦੇ ਮੁੱਖ ਪੁਲਾੜ ਯਾਤਰੀ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਨਾਸਾ ਦੇ ਮੁੱਖ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਹੈ ਜੋ ਅਕਾਬਾ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਜੋ ਅਕਾਬਾ ਹੁਣ ਅਸੀਂ ਗੱਲ ਕੀਤੀ ਹੈ ਨਾਸਾ ਦੀ ਨਾਸਾ ਅਮਰੀਕਾ ਦੀ ਸਪੇਸ ਏਜੰਸੀ ਦਾ ਨਾਮ ਆ ਜਿਸ ਦੀ ਫੁੱਲ ਫਾਰਮ ਆ ਨੈਸ਼ਨਲ 에ਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਟਰ ਸੌਰੀ ਐਡਮਿਨਿਸਟ੍ਰੇਸ਼ਨ ਨੈਸ਼ਨਲ 에ਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਇਸ ਦੀ ਸਥਾਪਨਾ ਹੋਈ ਸੀ 1958 ਦੇ ਵਿੱਚ ਇਸ ਦਾ ਹੈੱਡਕੁਆਰਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਐਡਮਿਨਿਸਟ੍ਰੇਟਰ ਕੌਣ ਨੇ ਵਿਲ ਨੈਲਸਨ ਅਗਲਾ ਪ੍ਰਸ਼ਨ ਆ ਜੀ ਇਸਰੋ ਅਤੇ ਕਿਸ ਦੇਸ਼ ਦੀ ਪੁਲਾੜ ਏਜੰਸੀ ਨੂੰ ਸੋਰੀ ਇਸਰੋ ਅਤੇ ਕਿਸ ਦੇਸ਼ ਦੀ ਪੁਲਾੜ ਏਜੰਸੀ ਵੱਲੋਂ ਹਾਲ ਹੀ ਵਿੱਚ ਨਿਸਾਰ ਐਮ ਸੈਟੇਲਾਈਟ ਵਿਕਸਿਤ ਕੀਤਾ ਗਿਆ ਹੈ ਹਾਂਜੀ ਇਸਰੋ ਅਤੇ ਅਮਰੀਕਾ ਦੇਸ਼ ਦੀ ਪੁਲਾੜ ਏਜੰਸੀ ਵੱਲੋਂ ਨਿਸਾਰ ਐਮ ਸੈਟੇਲਾਈਟ ਵਿਕਸਿਤ ਕੀਤਾ ਗਿਆ ਆਪਸ਼ਨ ਸੀ ਇਜ਼ ਰਾਈਟ ਆਨਸਰ ਅਮਰੀਕਾ ਦੇਖੋ ਇਸਰੋ ਇੰਡੀਆ ਦੀ ਸਪੇਸ ਏਜੰਸੀ ਦਾ ਨਾਮ ਆ ਭਾਰਤ ਦੀ ਸਪੇਸ ਏਜੰਸੀ ਆ ਇਸਰੋ ਇਸਰੋ ਅਤੇ ਦੀ ਪੁਲਾੜ ਏਜੰਸੀ ਅਤੇ ਅਮਰੀਕਾ ਦੇਸ਼ ਦੀ ਪੁਲਾੜ ਏਜੰਸੀ ਵਰ ਜੋ ਨਿਯੋਗਤ ਕੀਤਾ ਆਪਾਂ ਕਹਿ ਸਕਦੇ ਹਾਂ ਵਿਕਸਿਤ ਕੀਤਾ ਗਿਆ ਵਾ ਨਿਸਾਰ ਐਮ ਸੈਟੇਲਾਈਟ ਠੀਕ ਹੈ ਹੁਣ ਨਿਸਾਰ ਨਿਸਾਰ ਜਾਨੀ ਕਿ ਨਿਸਾਰ ਐਮ ਸੈਟੇਲਾਈਟ ਦੀ ਜੇ ਗੱਲ ਕਰੀਏ ਤਾਂ ਨਿਸਾਰ ਦਾ ਮੀਨਿੰਗ ਕੀ ਆ NASA ISRO ਸਿਥੈਟਿਕ ਸਿੰਥੈਟਿਕ ਅਪਰਚਰ ਰੈਡਾਰ ਠੀਕ ਹੈ ਇਹ ਤੁਸੀਂ ਯਾਦ ਰੱਖਣਾ NASA ISRO ਸਿੰਥੈਟਿਕ ਅਪਰਚਰ ਰੈਡਾਰ ਠੀਕ ਹੈ ਜੀ ਤੇ ਅਮਰੀਕਾ ਦੀ ਸਪੇਸ ਏਜੰਸੀ ਦਾ ਨਾਮ ਆ ਨਾਸਾ ਜਿਵੇਂ ਕਿ ਤੁਹਾਨੂੰ ਮੈਂ ਉੱਪਰ ਦੱਸ ਚੁੱਕੀ ਹਾਂ ਹੁਣ ਅਮਰੀਕਾ ਦੀ ਗੱਲ ਕੀਤੀ ਆ ਤਾਂ ਅਮਰੀਕਾ ਦੀ ਕੈਪੀਟਲ ਕੀ ਆ ਵਾਸ਼ਿੰਗਟਨ ਡੀਸੀ ਇੱਥੋਂ ਦੀ ਕਰੰਸੀ ਆ ਅਮਰੀਕਨ ਡਾਲਰ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਆ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਅਮਰੀਕਾ ਨੇ 30 ਸਾਲਾਂ ਬਾਅਦ ਸੋਲੋਮਨ ਟਾਪੂ ਦੇ ਵਿੱਚ ਆਪਣਾ ਦੂਤਾ ਘਰ ਖੋਲ੍ਹਿਆ ਈ ਜਾਂ ਕਹਿ ਸਕਦੇ ਦੂਤਾਵਾਸ ਭੇਜਿਆ ਈ ਕੇਵਿਨ ਮੈਕਕਾਰਥੀ ਨੂੰ ਅਮਰੀਕੀ ਪਤਨੀਦੀ ਸਭਾ ਦੇ ਅਗਲੇ ਸਪੀਕਰ ਚੁਣਿਆ ਗਿਆ ਅਮਰੀਕਾ ਨੇ ਸਰਹੱਦ ਪਾਰੋਂ ਆਉਣ ਵਾਲੇ ਲੋਕਾਂ ਲਈ ਨਵਾਂ ਕਾਨੂੰਨ ਬਣਾਇਆ ਅਮਰੀਕਾ ਨੇ ਮਧੂਮੱਖੀਆਂ ਲਈ ਦੁਨੀਆ ਦੇ ਪਹਿਲੇ ਟੀਕੇ ਨੂੰ ਮਨਜ਼ੂਰੀ ਦਿੱਤੀ ਅਗਲਾ ਪ੍ਰਸ਼ਨ ਹਾਲ ਹੀ ਵਿੱਚ ਵਿਸ਼ਵ ਦਾਲਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਦਾਲਾਂ ਵਿਸ਼ਵ ਦਾਲਾਂ ਦਿਵਸ ਤੁਹਾਨੂੰ ਪਹਿਲਾਂ ਤਾਂ ਆਪਾਂ ਉੱਪਰ ਗੱਲ ਕੀਤੀ ਹੈ ਕਿ ਭਾਰਤ ਮੇਨ ਤੁਹਾਨੂੰ ਦੱਸਿਆ ਦਾਲਾਂ ਦੀ ਉਪਜ ਦੇ ਵਿੱਚ ਜਾਂ ਦਾਲਾਂ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜ ਆ ਪੂਰੀ ਦੁਨੀਆ ਦੇ ਵਿੱਚੋਂ ਠੀਕ ਹੈ ਹੁਣ ਅਸੀਂ ਗੱਲ ਕੀਤੀ ਹੈ ਵਿਸ਼ਵ ਦਾਲਾਂ ਦਿਵਸ ਕਦੋਂ ਮਨਾਇਆ ਗਿਆ ਤਾਂ ਇਹ ਮਨਾਇਆ ਗਿਆ ਹੈ ਜੀ 10 ਫਰਵਰੀ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਦਾਲਾਂ ਦੇ ਮਹੱਤਵ ਅਤੇ ਉਹਨਾਂ ਤੋਂ ਪ੍ਰਾਪਤ ਹੋਣ ਵਾਲੇ ਪੋਸ਼ਕ ਤੱਤਾਂ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ ਵਿਸ਼ਵ ਦਾਲਾਂ ਦਿਵਸ 10 ਫਰਵਰੀ ਨੂੰ ਮਨਾਇਆ ਜਾਂਦਾ ਹੈ ਹੁਣ ਅਸੀਂ ਫਰਵਰੀ ਦੇ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਹੈ ਤਾਂ 1 ਫਰਵਰੀ ਨੂੰ ਭਾਰਤੀ ਤੱਟ ਰੱਖਿਆਕ ਦਿਵਸ ਮਨਾਇਆ ਗਿਆ 2 ਫਰਵਰੀ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਅੰਤਰਰਾਸ਼ਟਰੀ ਮਨੁੱਖੀ ਭਾਇਆ ਚਾਰਾ ਦਿਵਸ ਮਨਾਇਆ ਗਿਆ 7 ਫਰਵਰੀ ਨੂੰ ਸੁਰੱਖਿਅਤ ਇੰਟਰਨੈਟ ਦਿਵਸ ਮਨਾਇਆ ਗਿਆ ਅਗਲਾ ਪ੍ਰਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਗੰਭੀਰ ਊਰਜਾ ਸੰਕਟ ਦੇ ਵਿਚਕਾਰ ਰਾਸ਼ਟਰੀ ਆਫਤ ਘੋਸ਼ਿਤ ਕੀਤੀ ਹੈ ਹਾਂਜੀ ਰੀਸੈਂਟਲੀ ਦੱਖਣੀ ਅਫਰੀਕਾ ਦੇਸ਼ ਨੇ ਗੰਭੀਰ ਊਰਜਾ ਸੰਕਟ ਦੇ ਵਿੱਚਕਾਰ ਰਾਸ਼ਟਰੀ ਆਫਤ ਘੋਸ਼ਿਤ ਕੀਤੀ অপਸ਼ਨ ਡੀ ਇਜ਼ ザ রাইਟ ਆਨਸਰ ਵੈਰੀ ਇੰਪੋਰਟੈਂਟ ਹੁਣ ਅਸੀਂ ਗੱਲ ਕੀਤੀ ਦੱਖਣੀ ਅਫਰੀਕਾ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦੱਖਣੀ ਅਫਰੀਕਾ ਪਹਿਲਾਂ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ ਕਿ ਉਮੀਦ ਕਰਦੀ ਹਾਂ ਤੁਹਾਨੂੰ ਦੱਖਣੀ ਅਫਰੀਕਾ ਸੁਣ ਕੇ ਕੁਝ ਯਾਦ ਆਇਆ ਹੋਵੇਗਾ ਕਿ ਕੱਲ ਹੀ ਮੈਂ ਤੁਹਾਨੂੰ ਕਰਵਾਇਆ T20 ਮਹਿਲਾ ਵਿਸ਼ਵ ਕੱਪ ਦੱਖਣੀ ਅਫਰੀਕਾ ਦੇ ਵਿੱਚ ਸ਼ੁਰੂ ਹੋਇਆ ਹੁਣ ਦੱਖਣੀ ਅਫਰੀਕਾ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਦੀਆਂ ਤਿੰਨ ਕੈਪੀਟਲ ਆ ਇੱਕ ਕੈਪੀਟਲ ਆ ਕੈਪਟਾਊਨ ਦੂਜੀ ਆ ਪ੍ਰੀਟੋਰੀਆ ਤੀਜੀ ਆ ਵਲੋਇੰਗ ਫੌਂਟੇਨ ਇੱਥੋਂ ਦੀ ਕਰੰਸੀ ਆ ਸਾਊਥ ਅਫਰੀਕਨ ਰੈਂਟ ਇੱਥੋਂ ਦੇ ਪ੍ਰੈਜ਼ੀਡੈਂਟ ਆ ਸਰਿਲ ਰਾਮਾ ਫੂਸਾ ਹਾਂਜੀ ਇਸ ਦੇ ਨਾਲ ਸਾਡੀਆਂ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ